ਸਿੰਘ ਸੀ ਨਾ ਮਿਰਜੇ ਦਾ, ਉਹਦੇ ਦੋ ਪੁੱਤਰ ਸੀ, ਇੱਕ ਜਗੀਰ ਸਿੰਘ ਜਗੀਰਪੁਰਾ ਬਣਿਆ, ਇੱਕ ਮੁਕਤਾ ਸਿਉਂ ਸੀ, ਉਹਦੇ ਨਾਂ ਦਾ ਸਾਡਾ ਪਿੰਡ ਮੁਕਤਾ ਬਣਿਆ। ਇੱਕ ਹੀ ਧੀ ਸੀ ਕਰਤਾਰੋ, ਉਹਦਾ ਨਾਂ ਰੱਖ ਕਰਤਾਰਪੁਰਾ ਰੱਖਿਆ, ਉਹ ਬੋਲੀ ਚੱਕ ਬਣਿਆ। ਲੋਕਾਂ ਨੂੰ ਮਾਤਾ ਬੜੀ, ਮੈਨੂੰ ਉਹ ਬੜੀ ਗੱਲ ਯਾਦ ਹੈ। ਮਾਤਾ ਨਿਕਲਦੀ ਸੀ ਤੇ ਇੱਥੇ ਆਣ ਕੇ ਸਿੱਖ ਲੋਕ ਜਿਹੜੇ ਨਾ ਮੱਥਾ ਟਿਕਾਉਂਦੇ ਹਨ ਮਾਤਾ ਵਾਲੇ ਨੂੰ। ਮੇਰਾ ਵੱਡਾ ਭਾਈ ਸੀ, ਉਹਨੂੰ ਨਿਕਲੇ ਹੋਏ। ਕੀ ਨਾਂ ਸੀ ਤੁਹਾਡੇ ਭਾਈ ਦਾ? ਕਾਦਰ, ਗੁਲਾਮ ਕਾਦਰ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਅਸੀਂ ਇੱਥੇ ਮਸਜਿਦ ਪਾਉਣ ਲੱਗਾ ਹਾਂ ਅਤੇ ਕੋਈ ਸਿੱਖਾਂ ਇੱਕ ਦੋ ਘਰਾਂ ਸਾਨੂੰ ਦਿੱਤਾ ਥਾਂ, ਅਤੇ ਮੇਰਾ ਵੱਡਾ ਭਰਾ ਕਈਆਂ ਕੁਈਆਂ ਲੈ ਕੇ ਤਾਂ ਬੰਦੇ ਅਤੇ ਲੱਗੇ ਬਣਾਉਣ। ਉਹ ਵਿੱਚੋਂ ਜਿਹੜੇ ਭੈੜੇ ਸਨ ਸਿੱਖ ਬਦਮਾਸ਼, ਉਹਨਾਂ ਆਖਿਆ ਸਾਨੂੰ ਬਣ ਦੇਣਾ, ਸਾਡਾ ਆਟਾ ਵਾਂਗਿਆ ਜਾਣਾ, ਸਾਡਾ ਆਟਾ ਵਾਂਗਿਆ ਜਾਂਦਾ, ਆਟਾ ਛਾਣ ਬੁਣਦੀਆਂ ਨੇ ਬੁੜੀਆਂ, ਅਤੇ ਜਦੋਂ ਵਾਂਗ ਦੇਣ ਤਾਂ ਸਾਡਾ ਆਟਾ ਵਾਂਗਿਆ। ਸ਼ੇਖਪੁਰਾ। ਅੱਜ ਅਸੀਂ ਤੁਹਾਡੇ ਕੋਲ ਪੁੱਛਣਾ 47 ਵੇਲੇ ਦੀਆਂ ਗੱਲਾਂ। ਤੁਹਾਡੀ ਕਿੰਨੀ ਉਮਰ ਸੀ ਜਦੋਂ ਉਜਾੜੇ ਪਏ ਨੇ? ਤੁਸੀਂ 10-12 ਸਾਲ ਦੇ, ਮੈਂ ਕੁੱਟੀ ਕੱਟ ਦਿੰਦਾ ਮੈਨੇ ਕੋਈ ਸੀ। ਹੋਸ਼ ਹੈਗੀ ਸੀ ਤੁਹਾਨੂੰ? ਹੋਸ਼ ਮੈਂ ਮਾਲ ਚਾੜਦਾ ਹਾਂ। ਅੱਛਾ, ਮਾਲ ਚਾੜਦੇ। ਕਿਹੜੀ ਬਰਾਦਰੀ ਆਪਣੀ? ਲੁਹਾਰ। ਲੁਹਾਰ ਮੁਗਲ? ਮੁਗਲ, ਤਾਂ ਮੁਗਲ ਕਰ ਲਓ। ਸਹੀ ਸਹੀ ਸਹੀ। ਅਤੇ ਦੱਸ ਸਕਦੇ ਹੋ ਕਿ ਕਿੰਨੀ ਕੁ ਆਬਾਦੀ ਸੀ ਇਸ ਪਿੰਡ ਦੀ? ਆਬਾਦੀ ਮੈਨੂੰ ਯਾਦ ਕੋਈ, ਤੈਨੂੰ ਦੱਸਿਆ ਜਾ ਰਿਹਾ 70 ਘਰ ਹੋਣਗੇ ਸਾਰੇ ਬਾਈ। 60-70 ਘਰ ਸੀ। 70 ਸੀ, ਹੁਣ ਤਾਂ 200-250। ਸਹੀ। ਵਿੱਚ ਮੁਸਲਮਾਨਾਂ ਦੇ ਕਿੰਨੇ ਸੀ ਅਤੇ ਸਿੱਖਾਂ ਦੇ ਕਿੰਨੇ ਸੀ? ਇਹ ਨਹੀਂ ਮੈਨੂੰ ਯਾਦ, ਸਿੱਖਾਂ ਦੇ ਕਿੰਨੇ ਹੁੰਦੇ, ਮੁਸਲਮਾਨਾਂ ਦੇ ਕਿੰਨੇ? ਮੁਸਲਮਾਨਾਂ ਦੇ 3 ਘਰ ਸਨ ਸੀ। 3 ਘਰ ਦੇ ਨਾਲ ਬਾਕੀ 3 ਘਰ ਸਨ। ਅੱਛਾ, 3 ਘਰ ਸਨ, ਬਾਕੀ ਸਿੱਖਾਂ ਦੇ ਸਨ। ਆਹੋ, ਸਹੀ ਹੋ ਗਿਆ। ਇਹ ਤਾਂ ਸਿੱਖਾਂ ਦੇ ਨਾਂ ਯਾਦ ਨਹੀਂ ਤੁਹਾਨੂੰ? ਉਹ ਕਿਸੇ ਦਾ ਯਾਦ ਆ ਤਾਂ ਕਹਿੰਦਾ ਨਹੀਂ ਬੰਦਾ, ਜਿਹੜੇ ਜਿਹੜੇ ਤੁਹਾਨੂੰ ਯਾਦ ਹੈ ਉਹ ਸਾਨੂੰ ਦੱਸੋ। ਪਹਿਲੇ ਨੰਬਰਦਾਰ ਲਿਖਣਾ ਚਾਹੀਦਾ। ਨੰਬਰਦਾਰ ਕਿਹੜਾ ਸੀ ਇੱਥੇ? ਆ ਦੱਸਿਆ ਤੁਹਾਨੂੰ ਮੈਂ, ਭੁੱਲ ਗਿਆ ਮੈਨੂੰ, ਦਰਾਂ ਦਾ ਘਰ ਵਾਲਾ ਹੈ, ਵਧਾਓ ਨੰਬਰਦਾਰ, ਵਧਾਵਾ ਸਿੰਘ, ਵਧਾਵਾ ਸਿੰਘ ਨੰਬਰਦਾਰ ਸੀ। ਹਾਂ, ਅਤੇ ਉਸ ਤੋਂ ਬਾਅਦ ਕਿਹੜਾ ਸੀ ਹੋਰ ਨਾਲ? ਕਿਹੜਾ ਸੀ? ਜਾਗਰ ਸਿੰਘ। ਜਾਗਰ ਸਿੰਘ ਹੋਰ? ਹੋਰ ਸੱਜਣ ਸਿੰਘ, ਸ਼ਿੰਗਾਰਾ ਸਿੰਘ। ਸ਼ਿੰਗਾਰਾ ਸਿੰਘ, ਸਹੀ ਹੋ ਗਿਆ। ਇਹੋ ਜਿਹੇ ਘਰ ਸਨ। ਪੱਕੇ ਘਰ ਸਨ ਇਹਨਾਂ ਦੇ ਕਿ ਕੱਚੇ ਘਰ ਸਨ? ਕੱਚੇ ਸੀ, ਬਾਬੀ ਕਿੱਥੇ ਸੀ ਸਾਡਾ, ਕੱਚੇ ਲੋਕ ਸਨ, ਕੱਚੇ ਮਕਾਨ ਸਨ। ਅਸੀਂ ਆਪ ਦੋ ਘਰ ਸਨ, ਉਹ ਵੀ 60-60 ਦੇ ਲੋਕਾਂ। ਸਹੀ 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 ਸਹੀ। ਅਤੇ ਜ਼ਮੀਨ ਜ਼ਮੂਨ ਵਾਹਵਾ ਸੀ ਲੰਬੜਦਾਰ ਦੀ? ਪੂਰੀ ਜੀ ਸੀ, ਮੈਂ ਕਿਹੜਾ ਜ਼ਮੀਨਾਂ ਵਾਹੁੰਦਾ ਹਾਂ। ਜਿਹੜੇ ਮਾਲਕ ਆਏ ਸੀ ਉਹ ਸਨ, ਜਿਹੜੇ ਦੰਦਸ ਨੇ ਸਾਰੇ ਮਾਲਕ ਉਹ ਸਨ, ਉਹੀ ਮਾਲਕ ਸਨ ਇਸ ਪਿੰਡ ਦੇ। ਨਹੀਂ ਮਾਲਕ, ਇਸ ਪਿੰਡ ਦੀ ਤਰੀਕ ਦਾ ਤਾਂ ਪਤਾ ਹੋਣਾ ਕਿੱਥੋਂ ਬਣਿਆ ਪਿੰਡ। ਸੀ ਨਾ ਮਿਰਜੇ ਦਾ, ਉਹਦੇ ਦੋ ਪੁੱਤਰ ਸੀ, ਇੱਕ ਜਗੀਰ ਸਿੰਘ ਜਗੀਰਪੁਰਾ ਬਣਿਆ, ਇੱਕ ਮੁਕਤਾ ਸਿਉਂ ਸੀ, ਉਹਦੇ ਨਾਂ ਦਾ ਸਾਡਾ ਪਿੰਡ ਮੁਕਤਾ ਬਣਿਆ। ਇੱਕ ਹੀ ਧੀ ਸੀ ਕਰਤਾਰੋ, ਉਹਦਾ ਨਾਂ ਰੱਖ ਕਰਤਾਰਪੁਰਾ ਰੱਖਿਆ, ਉਹ ਬੋਲੀ ਚੱਕ ਬਣਿਆ। ਜਗੀਰਪੁਰਾ, ਪਲਾਮੋ ਗਏ, ਗੋਪੇ ਰਾਜ ਪਿੰਡ ਪੁੱਛਣਾ, ਨਹੀਂ ਚੱਕ ਬੋਲੀ ਕਰਤਾਰਪੁਰਾ, ਮਦਾਰ ਸੰਥਾ ਟੱਡਾ,
ਮੈਨੂੰ ਦੱਸੋ ਜਦੋਂ ਸੰਤਾਲੀ ਦੇ ਉਜਾੜਿਆਂ ਤੋਂ ਪਹਿਲੇ ਇਸ ਪਿੰਡ ਦੇ ਵਿੱਚ ਕੋਈ ਮੇਲਾ ਮੇਲਾ ਲੱਗਦਾ ਸੀ ਮੇਲਾ ਸ਼ੇਲਾ ਉਹ ਨਹੀਂ ਪਤਾ ਸਿੱਖਾਂ ਦੇ ਮੇਲੇ ਨਹੀਂ ਸੀ ਲੱਗਦਾ ਮੁੰਡੇ ਮਾਤਾ ਨਿਕਲਦੀ ਸੀ ਤੇ ਇੱਥੇ ਆਣ ਕੇ ਸਿੱਖ ਲੋਕ ਜਿਹੜੇ ਨਾ ਮੱਥਾ ਟਿਕਾਉਂਦੇ ਹਨ ਮਾਤਾ ਵਾਲੇ ਨੂੰ ਮੇਰਾ ਵੱਡਾ ਭਾਈ ਸੀ ਉਹਨੂੰ ਨਿਕਲੀ ਸੀ ਕੀ ਨਾਮ ਸੀ ਤੁਹਾਡੇ ਭਾਈ ਦਾ ਕਾਦਰ ਗੁਲਾਮ ਕਾਦਰ ਉਹਨੂੰ ਨਿਕਲੀ ਸੀ ਤੇ ਉਹ ਫਿਰ ਸਾਨੂੰ ਸਾਡੀ ਮਾਂ ਸੀ ਤੇ ਬਾਪ ਸਾਡਾ ਫੌਤ ਹੋ ਗਿਆ ਸੀ ਤੇ ਤੇਰੇ ਵਰਗੇ ਆ ਕੇ ਜੀ ਮੱਥਾ ਟਿਕਾਓ ਉਹ ਬਿਲਕੁਲ ਚੱਲ ਗਿਆ ਤੇ ਗਾਲਾਂ ਤੇ ਸੁਣਾ ਲਏ ਸੀ ਉਹ ਆਖਣੀ ਉੱਥੇ ਮੱਥਾ ਟਿਕਾਓ ਹਿੰਦੂ ਲੋਕ ਸਾਰੇ ਸਨ ਉਹ ਮਾਛੀਆਂ ਨੂੰ ਲਿਆਂਦਾ ਉਹਨਾਂ ਗੋਡੀਏ 'ਚ ਪਾ ਕੇ ਰਾਤ ਇੱਥੇ ਮੱਥਾ ਟਿਕਾਇਆ ਮੱਥਾ ਟਿਕਾਇਆ ਹਾਂ ਠੀਕ ਹੋ ਗਿਆ ਕੱਚਾ ਗੁਰਦੁਆਰਾ ਲੋਕ ਵੱਸਦੇ ਨੇ ਚੜਦੇ ਪੱਕੀ ਸ਼ਰਦ ਮਸਜਿਦ ਵੀ ਹੈਗੀ ਸੀ ਤੁਹਾਡੀ ਕੋਈ ਮਸਜਿਦ ਕੋਈ ਨਹੀਂ ਸੀ ਫਿਰ ਦੋ ਘਰ ਸੀ ਅਸੀਂ ਇੱਥੇ ਮਸਜਿਦ ਪਾਉਣ ਲੱਗਾ ਹਾਂ ਅਤੇ ਕੁਝ ਸਿੱਖਾਂ ਇੱਕ ਦੋ ਘਰ ਸਨ ਦਿੱਤਾ ਥਾਂ ਅਤੇ ਮੇਰਾ ਵੱਡਾ ਭਰਾ ਕਈਆਂ ਕੁਈਆਂ ਲੈ ਕੇ ਤਾਂ ਬੰਦੇ ਅਤੇ ਲੱਗੇ ਬਣਾਉਣ ਉਹ ਵਿੱਚੋਂ ਜਿਹੜੇ ਭੈੜੇ ਸਨ ਸਿੱਖ ਬਦਮਾਸ਼ ਉਹਨਾਂ ਆਖਿਆ ਹਾਂ ਨਹੀਂ ਬਣ ਦੇਣਾ ਸਾਡਾ ਆਟਾ ਬਾਂਗਿਆ ਜਾਣਾ ਆਟਾ ਛਾਣ ਬੁਣਦੀਆਂ ਨੇ ਬੁੜੀਆਂ ਅਤੇ ਜਦੋਂ ਬਾਂਗ ਦੇਣ ਤਾਂ ਸਾਡਾ ਆਟਾ ਬਾਂਗਿਆ ਜਾਣਾ ਇਹ ਨਹੀਂ ਬਣਦੇ ਚੋਰੀ ਛੱਪੀ ਗਾਂ ਨੀ ਥੋੜੀ ਕਿਤੇ ਕਰਨ ਦਿੰਦੇ ਜਦੋਂ ਈਦ ਆਉਂਦੀ ਸੀ ਕੋਈ ਨੀ ਕਰਨ ਦਿੰਦੇ ਹੈ ਈਦ ਸ਼ਿਵਰਾਤ ਨੂੰ ਈਦ ਸ਼ਿਵਰਾਤ ਕੋਣ ਬੱਕਰੇ ਛੱਤਰੇ ਆਮ ਸਨ ਉਹ ਕਰਦਾ ਉਹ ਦੋ ਘਰ ਸਾਂ ਜਮੀਰਪੁਰੇ ਜਾ ਕੇ ਦੂਆ ਪਿੰਡਾਂ ਪੜ ਲੈਣੀ ਜਮੀਰਪੁਰੇ ਮੁਸਲਮਾਨ ਸਨ ਜਦੋਂ ਇੱਥੇ ਉਜਾੜੇ ਪਏ ਨੇ ਵੰਡ ਪਈ ਜਦੋਂ ਸੰਤਾਲੀ ਦੀ ਆਹੋ ਨਿੱਕੇ ਸਾਂ ਉਹ ਇੱਕ ਥਾਣਾ ਸ਼ੇਖ ਸਾਡੇ ਆ ਕੇ ਤੁਹਾਨੂੰ ਦੱਸਿਆ ਨਾ ਉਹ ਵੱਡਾ ਆਈ ਸੀ ਕੀ ਨਾਂ ਸੀ ਉਹਦਾ ਥਾਣਾ ਥਾਣਾ ਦਾ ਨਾਂ ਆਰਾਮ ਨਾਲ ਹੀ ਚਲੇ ਗਏ ਇੱਥੋਂ ਸਿੱਖ ਇਹਨਾਂ ਆਪ ਤੋਰ ਕੇ ਆਏ ਨੇ ਪਿੰਡ ਵਾਲੇ ਆਪ ਜਾ ਕੇ ਨਾ ਇਹ ਉੱਥੇ ਇਕੱਠੇ ਹੋਏ ਸੀ ਆਪਣਾ ਗੁਰਦੁਆਰਾ ਜਿਹੜਾ ਸੱਚੇ ਸੌਦੇ ਸੱਚੇ ਸੌਦੇ ਦਾ ਛੱਡ ਕੇ ਆਏ ਸੀ ਆਪਣੀ ਮਰਜ਼ੀ ਨਾਲ
ਤੁਸੀਂ ਤੇ ਨਹੀਂ ਹਮਲਾ ਹਮਲਾ ਕੀਤਾ ਉਹਨਾਂ ਨੂੰ ਆਖੇ ਤਾਂ ਕਰਨਾ ਇਹ ਨਿੱਕੇ ਨੇ ਕਰ ਦੰਦ ਸੇ ਨਾ ਨਾ ਤੁਹਾਡੇ ਵੱਡੇ ਜਿਹੜੇ ਸਨ ਵੱਡੇ ਮੇਰੇ ਕਿਹੜੇ ਹਨ ਵੱਡੇ ਵੀ ਜਿਹੜੇ ਹਨ ਨਹੀਂ ਕਿਸੇ ਨੇ ਹਮਲਾ ਕੀਤਾ ਇਹ ਤਾਂ ਉਹਨਾਂ ਦੀ ਕਮੀ ਸਨ ਜਿਹੜੇ ਦੋ ਚਾਰ ਘਰ ਮੁਸਲਮਾਨਾਂ ਦੇ ਹਨ ਅੱਛਾ ਫਿਰ ਵੀ ਕਮੀ ਮੁਸਲਮਾਨ ਕਮਜ਼ੋਰ ਅੱਛਾ ਮੁਸਲਮਾਨ ਦੋ ਦਸ ਵੀਹ ਘਰ ਸਨ ਆਪਣੀ ਮਰਜ਼ੀ ਨਾਲ ਹੀ ਫਿਰ ਮਰਜ਼ੀ ਆ ਛੱਡ ਕੇ ਆਏ ਗੱਡੀਆਂ ਦੇ ਉਹਨਾਂ ਨੂੰ ਉੱਥੇ ਗੱਡੀਆਂ ਦੇ ਲੱਗ ਕੇ ਬਾਬਾ ਠਾਣਾ ਵਾਲਾ ਦਾ ਸੁੱਤੇ ਸੁੱਤੇ ਛੱਡ ਕੇ ਆਏ ਸਨ ਕੋਈ ਲੁੱਟ ਮਾ ਬਾਹਰ ਦੀ ਲੜਾਈਆਂ ਵਧਾ ਕੇ ਬਾਹਰ ਪਏ ਨੇ ਇਹਦੇ ਚ ਲੁੱਟ ਮਾਰ ਹੋਈ ਜਿਹੜੀ ਹੋਈ ਮਾਰ ਪਾੜ ਸ਼ੇਖਪੁਰੇ ਦੇ ਵਿੱਚ ਨੀ ਹੋਈ ਰਲ ਕੇ ਬਸ ਰਲ ਕੇ ਟੁਰ ਕੇ ਗੱਲ ਮੁੱਕੀ ਜਦੋਂ ਪਤਾ ਲੱਗਾ ਟੁਰ ਗਏ ਤੇ ਉਸ ਤੋਂ ਬਾਅਦ ਫਿਰ ਜਦੋਂ ਇੱਥੇ ਕਿਹੜੇ ਕਿਹੜੇ ਲੋਕ ਆ ਕੇ ਵਸੇ ਬਾਕੀ ਸਾਰੀਆਂ ਜਿਹੜੀਆਂ ਬਰਾਦਰੀਆਂ ਨੇ ਨਾ ਉਹ ਬਾਅਦ ਵਿੱਚ ਇੱਥੇ ਆਈਆਂ ਨੇ ਤੇ ਆ ਕੇ ਵਸੀਆਂ ਨੇ ਇੱਥੇ ਮੁਲਤਾਨ ਰਹਿੰਦੇ ਰਹੇ ਸਾਡਾ ਰਕਬਾ ਇੱਥੇ ਲਾਟ ਹੋਇਆ ਤੇ ਫਿਰ ਅਸੀਂ ਇੱਥੇ ਆਏ ਕਾਰਡ ਦੇ ਵਿੱਚ ਲਾਟ ਹੋਇਆ ਕਿ ਪਹਿਲੇ ਲਾਟ ਹੋਇਆ ਸੀ ਨਹੀਂ ਸਾਨੂੰ ਰਕਬਾ 51-52 ਚ ਲਾਟ ਹੋਇਆ ਸੀ ਤੇ ਅਸੀਂ ਇੱਥੇ ਆਏ ਹਾਂ ਕਾਰਡ ਬਾਟ ਵਿੱਚ ਤੁਹਾਡੇ ਬਜ਼ੁਰਗ ਪਿੱਛੋਂ ਕਿੱਥੋਂ ਦੇ ਸਨ ਸਾਡੇ ਬਜ਼ੁਰਗ ਪਿੱਛੋਂ ਅਲੀ ਕਲਾਂ ਤਹਿਸੀਲ ਕੀ ਨਾਂ ਸੀ ਬਜ਼ੁਰਗਾਂ ਦਾ ਚੌਧਰੀ ਰਸ਼ੀਦ ਅਹਿਮਦ ਦਾਦੇ ਦਾ ਨਾਂ ਖੁਸ਼ੀ ਮੁਹੰਮਦ ਠੀਕ ਹੋ ਗਿਆ ਪੜਦਾਦੇ ਦਾ ਨਾਂ ਬਾਬਾ ਗੌਸ ਅਲੀ ਬਖਸ਼ ਅਲੀ ਬਖਸ਼ ਦਾ ਪਿਓ ਦਾ ਨਾਂ ਗੌਸ ਸੀ ਕੋਈ ਭਲਵਾਨ ਭਲੂਨ ਹੈ ਸੀ ਤੁਹਾਡੇ ਪਿੰਡ ਦਾ ਕੋਈ ਨਹੀਂ ਸਾਡੇ ਪਿੰਡ ਕੋਈ ਭਲਵਾਨ ਮੁੰਡੇ ਖੁੰਡੇ ਹੁੰਦੇ ਨੇ ਕੌਡੀਆਂ ਕਾੜੀਆਂ ਖੇਡੀਆਂ ਉਹ ਕੋਈ ਭਲਵਾਨ ਨਹੀਂ ਹੁੰਦੇ ਨਹੀਂ ਹੁੰਦੀ ਸੀ ਕੌਡੀ ਇੱਥੇ ਸਿੱਖਾਂ ਦੇ ਮੁੰਡਿਆਂ ਦੀ ਉਹ ਨੀ ਮੈਂ ਜਾਣਦਾ ਸਿੱਖਾਂ ਦੇ ਮੁੰਡੇ ਮੰਦਾਰ ਦੇ ਰਲ ਕੇ ਖੇਡਣ ਲੱਗ ਪਏ ਪਹਿਲਾਂ ਡੰਗਰ ਚਾਰਨੇ ਨਾਲ ਕੌਡੀ ਖੇਡਦੇ ਹੁੰਦੇ ਨੇ ਡੰਗਰ ਸਿੱਖਾਂ ਦੇ ਚਾਰਦੇ ਸੀ ਕਿ ਆਪਣੇ ਚਾਰਦੇ ਸੀ ਆਪਣੇ ਚਾਰਦੇ ਸ਼ੁਕਰ ਦੇ ਅੱਲਾ ਦਾ ਖਾ ਚਾਰ ਮੱਝੀ ਸਨ ਅੱਛਾ ਚਾਰ ਮੱਝਾਂ ਰੱਖੀਆਂ ਤੇ ਜ਼ਮੀਨ ਜ਼ਮੂਨ ਵੀ ਮਿਲੀ ਤੁਹਾਨੂੰ ਕਿ ਕੋਈ ਨਹੀਂ ਨਹੀਂ ਜਦੋਂ ਉਜਾੜੇ ਪੈ ਗਏ ਉਸ ਤੋਂ ਬਾਅਦ ਨਹੀਂ ਨਹੀਂ ਆਏ ਬਾਈ ਕਰਨ ਜੋਗੇ ਨਹੀਂ ਤਾਂ ਲੁਹਾਰ ਮਾਲਕ ਨੇ ਰੱਬਿਆਂ ਦੇ ਲੁੱਟ ਮਾਰ ਨੀ ਤੁਸੀਂ ਕੀਤੀ ਇਸ ਪਿੰਡ ਦੇ ਵਿੱਚ ਜਦੋਂ ਚਲੇ ਗਏ ਨੇ ਉਹ ਫੇਰ ਪਹੁੰਚੋ ਹੋਈ ਗੱਲ ਜਦੋਂ ਉਹ ਚਲੇ ਗਏ ਨਹੀਂ ਨਹੀਂ ਲੁੱਟ ਮਾਰ ਨੇ ਕੀਤੀ ਇੱਥੇ ਜਿਹੜੇ ਮੋਹਤਬਰ ਬੰਦੇ ਸੀ ਨਾ ਜਿਹੜੇ ਮਹਾਜ ਲੋਕ ਆਉਂਦੇ ਸੀ ਉਹਨਾਂ ਨੂੰ ਆਪ ਮਾਲ ਡੰਗਰ ਡੰਗਰ ਵੰਡੇ ਨੇ ਮੱਝੀ ਵੰਡੀਆਂ ਨੇ ਦਾਣੇ ਦਿੱਤੇ ਨੇ ਤੁਸੀਂ ਵੰਡੀਆਂ ਵੱਡੇ ਵੰਡ ਰਹੇ ਮੈਂ ਵੰਡ ਰਹਾ ਜਿਹੜੇ ਜਵਾਨ ਬੰਦੇ ਹਨ ਮੋਹ ਜੋਰ ਸੀ ਛਾਣੇ ਛੇ ਦਾ ਜੋਰ ਸੀ ਸਾਈਆਂ ਦੇ ਵਿੱਚ ਜੋਰ ਸਾਈਆਂ ਦਾ ਜੋਰ ਸੀ 6-7 ਭੜਾ ਸੀ ਉਹਦੇ ਬੱਕਰੇ ਆਣ ਕੇ ਹਾਂ ਉਹ ਕਰ ਰਹੇ ਨੇ ਨਹੀਂ ਕਰੀ ਬਾਲ ਨੇ ਬਾਰਾ ਜਾਣਾ ਕਰ ਸਾਈਆਂ ਦੇ ਵੀ ਆ ਗਏ ਸੀ ਉਹਨਾਂ ਦਾ ਵੀ ਛੇਹਾ ਮੋਸ਼ੀਆਂ ਦਾ ਉਹ ਤਗੜੇ ਦੀ ਗੱਲ ਸੀ ਮਾੜੇ ਦੀ ਕੋਈ ਨਹੀਂ ਸੀ ਮਾੜੇ ਉਹ ਇਹ ਸਾਈਆਂ ਦੇ 6-7 ਭੜਾ ਸੀ ਸਾਰੇ ਇੱਕੋ ਜਿਹੇ ਹਨ
ਬੜੀ ਮਿਹਰਬਾਨੀ, ਜਿਹੜਾ ਨਹੀਂ ਪਤਾ ਉਹ ਵੀ ਦੱਸਦਾ, ਜਿਹੜਾ ਪਤਾ ਸੀ ਉਹ ਵੀ ਦੱਸਦਾ।